ਲੋ ਵੀ ਮੁੜਿਓ ਕਹਿੰਦਾ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਵਾਲੇਕਮ ਬਾਈ ਵੈਲਕਮ ਗਾਇਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇੱਕ ਵਾਰੀ ਹੋਰ GTA ਦੀ ਨਵੀਂ ਵੀਡੀਓ ਵਿੱਚ ਗਾਇਸ ਕਿੰਨਾ ਮਿਸ ਕੀਤਾ ਯਾਰ ਡਰਾਈਵਰ ਜੱਟ ਨੂੰ ਬਾਈ ਡਰਾਈਵਰ ਜੱਟ ਆਪਣਾ ਥੋੜ੍ਹਾ ਜਿਹਾ ਬਿਜ਼ੀ ਸੀ ਕਹਿ ਲਓ ਕਿਉਂਕਿ ਪੰਗੇ ਪੁੰਗੇ ਤੁਹਾਨੂੰ ਪਤਾ ਪੂਰਾ ਡਰਾਈਵਰ ਜੱਟ ਲੈਂਦਾ ਰਹਿੰਦਾ ਅਤੇ ਅੱਜ ਤੁਸੀਂ ਜਿੱਦਾਂ ਦੇਖ ਸਕਦੇ ਹਾਂ ਬਾਈ ਮੈਂ ਅਤੇ ਆਪਣਾ ਬੈਨੀ ਜੱਟ ਕੋਲ ਫਰਾਰੀ ਆ ਬਾਈ ਤੁਸੀਂ ਚੈੱਕ ਕਰੋ ਤਾਂ ਸਹੀ ਬਾਈ ਬੈਨੀ ਜੱਟ ਨੇ ਸ਼ਹਿਰ 'ਚ ਕਿਸੇ ਨੂੰ ਫਰਾਰੀ ਦੇਣ ਜਾਣੀ ਆ ਅਤੇ ਬਾਈ ਪਿੱਛੇ ਆਪਣੀ ਸਕਾਰਪੀਓ ਖੜੀ ਆ ਸਭ ਤੋਂ ਪਹਿਲਾਂ ਗੱਡੀਆਂ ਚੈੱਕ ਕਰੋ ਬਾਈ ਹਥਿਆਰ ਵਿੱਚ ਕਰ ਲਈਏ ਤੁਹਾਨੂੰ ਮੈਂ ਗੱਡੀਆਂ ਦਿਖਾਉਂਦਾ ਪਹਿਲਾਂ ਗੱਡੀ ਚੈੱਕ ਕਰੋ ਬਾਈ ਫਰਾਰੀ ਘੈਂਟ ਲੱਗਦੀ ਆ ਕਿ ਆਪਣੀ ਸਕਾਰਪੀਓ ਘੈਂਟ ਲੱਗਦੀ ਆ ਬਾਈ ਕਮੈਂਟ ਕਰਕੇ ਜ਼ਰੂਰ ਦੱਸਿਓ ਮੁੰਡੇ ਅਤੇ ਬਾਕੀ ਅੱਜ ਦਾ ਤੁਹਾਨੂੰ ਮੈਂ ਮੁੱਦਾ ਵੀ ਦੱਸਣਾ ਹੈਗਾ ਪਰ ਸਭ ਤੋਂ ਪਹਿਲਾਂ ਆਪਾਂ ਉੱਥੇ ਜਾਣਾ ਹੈਗਾ ਯਾਰ ਇਹਨੇ ਆਪਣੀ ਆ ਗੱਡੀ ਨੂੰ ਕਲਰ ਕੁਲਰ ਜਿਹਾ ਕਰਾਉਣ ਜਾਣਾ ਹੈਗਾ ਬਾਈ ਅਤੇ ਉੱਥੇ ਆਪਣੇ ਲਈ ਇੱਕ ਸਰਪ੍ਰਾਈਜ਼ ਵੀ ਆ ਬਾਈ ਜੋ ਕਿ ਮੈਂ ਤੁਹਾਨੂੰ ਪਿਛਲੇ ਐਪੀਸੋਡ ਵਿੱਚ ਕਿਹਾ ਸੀ ਕਿਹਨੂੰ ਕਿਹਨੂੰ ਯਾਦ ਆ ਨਹੀਂ ਯਾਦ ਤੁਹਾਨੂੰ ਕੋਈ ਨਾ ਉੱਥੇ ਆ ਕੇ ਪਤਾ ਲੱਗੂ ਕੀ ਸਰਪ੍ਰਾਈਜ਼ ਆ ਪਰ ਜਿਹਨੂੰ ਪਤਾ ਹੈਗਾ ਕੀ ਸਰਪ੍ਰਾਈਜ਼ ਆ ਬਾਈ ਲਿਖਿਓ ਇੱਕ ਵਾਰੀ ਕਮੈਂਟ ਜ਼ਰੂਰ ਕਰਿਓ ਅਤੇ ਦੇਖਦੇ ਹਾਂ ਕਿਹੋ ਜਿਹਾ ਲੱਗਦਾ ਪਰ ਮੈਂ ਬਹਿਣਾ ਗੱਡੀ ਵਿੱਚ ਅਤੇ ਇਹਨੂੰ ਵੀ ਕਹਿੰਦਾ ਤੇਰੇ ਪਿੱਛੇ ਪਿੱਛੇ ਆਉਂਦੇ ਹਾਂ ਅਸੀਂ ਕਿਉਂਕਿ ਆਪਾਂ ਨੂੰ ਜਾਣਾ ਪੈਣਾ ਸ਼ਹਿਰ ਬਾਈ ਅਤੇ ਅਸੀਂ ਸਵੇਰੇ ਸਵੇਰੇ ਨਿਕਲ ਗਏ ਬਾਈ ਧੁੰਦ ਪੂਰੀ ਪਈ ਆ ਠੰਡ ਵਾਲਾ ਮੌਸਮ ਆ ਮੇਰੇ ਵੀਰੇ ਜਿੱਦਾਂ ਤੁਸੀਂ ਦੇਖ ਸਕਦੇ ਆ ਅਤੇ ਡਿੱਪਰ ਜੇ ਲਾ ਲਈਏ ਆਪਾਂ ਅਤੇ ਇਹਨੂੰ ਕਹਿੰਦਾ ਤੋੜ ਲਾ ਬਾਈ ਤੂੰ ਆਪਣੀ ਫਰਾਰੀ ਅਤੇ ਫਿਰ ਆਪਾਂ ਜਾਂਦੇ ਹਾਂ ਲਓ ਵੀ ਮੁੰਡਾ ਬੈਨੀ ਜੱਟ ਫਰਾਰੀ ਵਿੱਚ ਬਹਿਣ ਲੱਗਾ ਅਤੇ ਯਾਰ ਹੁਣੀ ਨਿਕਲ ਲੱਗੇ ਆ ਸ਼ਹਿਰ ਵੱਲ ਨੂੰ ਓਏ ਭਰਾਵਾ ਹੌਲੀ ਬਾਈ ਸਾਨੂੰ ਪਤਾ ਤੇਰੀ ਫਰਾਰੀ ਭੱਜਦੀ ਆ ਪਰ ਇੱਦਾਂ ਨਾ ਕਰ ਮੇਰਾ ਬਾਈ ਯਾਰ ਆਰਾਮ ਨਾਲ ਜਾ ਯਾਰ ਇੱਦਾਂ ਨਹੀਂ ਕਰੀਦਾ ਹੁੰਦਾ ਸੜਕਾਂ 'ਤੇ ਬਾਈ ਅਸੀਂ ਦੋਵੇਂ ਜਾਂਦੇ ਪਏ ਹਾਂ ਜੇ ਤੁਹਾਨੂੰ ਦਿਖਦਾ ਪਿਆ ਚੈੱਕ ਕਰੋ ਬੱਲੇ ਪਰ ਫਰਾਰੀ ਯਾਰ ਇਹਦੀ ਫਰਾਰੀ ਬਾਈ ਦੀ ਥੋੜ੍ਹੀ ਭੱਜਦੀ ਆ ਮੈਨੂੰ ਲੱਗਿਆ ਅਸੀਂ ਜ਼ਿਆਦਾ ਭੱਜੂਗੀ ਪਰ ਕੋਈ ਚੱਕਰ ਨਹੀਂ ਆਰਾਮ ਨਾਲ ਜਾਂਦੇ ਹਾਂ ਯਾਰ ਬਗਾਨੀ ਫਰਾਰੀ ਆ ਬਾਈ ਤੁਹਾਨੂੰ ਯਾਦ ਹੀ ਹੋਣਾ ਇੱਕ ਵਾਰੀ ਕੁੜੀ ਨੇ ਗੱਡੀ ਨਹੀਂ ਠੋਕ ਲਈ ਸੀ ਫਰਾਰੀ ਆ ਇਹ ਉਹ ਫਰਾਰੀ ਦੀ ਗੱਲ ਕਰਦਾ ਮੈਂ ਬਾਈ ਉਹ ਗੱਡੀ ਆ ਅਤੇ ਉਹ ਕੁੜੀ ਫਿਰ ਸਾਡੀ ਵਰਕਸ਼ਾਪ 'ਚ ਆਈ ਸੀ ਬਾਈ ਬੈਨੀ ਉੱਥੇ ਵਿਹਲਾ ਸੀਗਾ ਅਤੇ ਮੈਂ ਇੱਧਰ ਸ਼ਹਿਰ ਨੂੰ ਜਾਣਾ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਲੈ ਕੇ ਆਉਣੀ ਆ ਲਿਆ ਕਿਉਂਕਿ ਬਾਈ ਰੰਗ ਨਹੀਂ ਕਰਦੇ ਅਸੀਂ ਆਪਣੀ ਵਰਕਸ਼ਾਪ 'ਚ ਰੰਗ ਲਈ ਸਾਨੂੰ ਜਾਣਾ ਪੈਂਦਾ ਸਿਟੀ ਵਿੱਚ ਅਤੇ ਹੁਣ ਉਹਨੂੰ ਕਿਹਾ ਮੇਰੇ ਪਿੱਛੇ ਪਿੱਛੇ ਜਾਂ ਤੈਨੂੰ ਜਿਹੜੀ ਦੁਕਾਨ ਦਾ ਪਤਾ ਬਾਈ ਸਾਨੂੰ ਉੱਥੇ ਲੈ ਜਾ ਅਤੇ ਸਾਡਾ ਵੀ ਸ਼ਹਿਰ ਵਿੱਚ ਸਰਪ੍ਰਾਈਜ਼ ਪਰ ਦੇਖੀ ਆਉਂਦਾ ਕਿ ਨਹੀਂ ਆ ਰਿਹਾ ਬਾਈ ਆਊਗਾ ਪਰ ਉਹ ਘੱਟ ਪਹੁੰਚਾਉਂਦਾ ਯਾਰ ਫਰਾਰੀ ਬਾਈ ਬਗਾਨੀ ਫਰਾਰੀ ਕਰਕੇ ਨਾ ਥੋੜ੍ਹੇ ਜਿਹੇ ਫਿਰ ਬੰਦੇ ਉਹ ਆਉਂਦਾ ਪਿਆ ਚੈੱਕ ਕਰੋ ਤੁਸੀਂ ਪਰ ਆਪਣੀ ਸਕਾਰਪੀਓ ਘੈਂਟ ਲੱਗਦੀ ਨਾ ਬਾਬਿਓ ਸਿਰਾ ਗੱਲਬਾਤ ਯਾਰ ਅਤੇ ਲਓ ਬਾਈ ਹੁਣ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਆਪਾਂ ਅਤੇ ਉੱਥੇ ਜਾ ਕੇ ਨਾ ਮੈਂ ਆਪਾਂ ਆਪਣੀ ਗੱਡੀ ਨੂੰ ਵੀ ਰੰਗ ਕਰਾ ਲਾਂਗੇ ਆਲੀ ਨੂੰ ਯਾਰ ਕਿਉਂਕਿ ਕਾਲਾ ਰੰਗ ਆਪਣਿਆਂ ਨੂੰ ਕਾਫੀ ਟਾਈਮ ਹੋ ਗਿਆ ਬਾਈ ਕਾਲੇ ਰੰਗ ਕੀਤੇ ਨੂੰ ਆ ਗੱਡੀ ਨੂੰ ਅਤੇ ਜਿੱਥੇ ਉਹ ਫਰਾਰੀ ਨੇ ਜਾਣਾ ਉੱਥੇ ਹੀ ਆਪਾਂ ਜਾਣਾ ਗਾ ਅਤੇ ਉੱਥੋਂ ਆਪਾਂ ਰੰਗ ਕਰਾ ਕੇ ਨਾ ਪਹਿਲਾਂ ਸਕਾਰਪੀਓ ਨੂੰ ਰੰਗ ਕਰਾ ਕੇ ਬਾਅਦ 'ਚੋਂ ਮੈਂ ਏਜੰਸੀ ਵਿੱਚ ਜਾਣਾ ਸਮਝ ਗਏ ਕਿਹੜੀ ਏਜੰਸੀ ਹੈ ਉੱਥੋਂ ਆਪਾਂ ਆਪਣੀ ਚੀਜ਼ ਚੱਕਣੀ ਆ ਬਾਈ ਅਤੇ ਉਹ ਲੱਗ ਜੂ ਪਤਾ ਤੁਹਾਨੂੰ ਵੇਖਿਓ ਕਿੰਨੀ ਵਧੀਆ ਚੀਜ਼ ਕਿਉਂਕਿ ਪਹਿਲਾਂ ਆਪਣੇ ਕੋਲ ਹੁੰਦੀ ਸੀਗੀ ਪੁਰਾਣੇ ਜਿਹੇ ਮਾਡਲ ਦੀ ਅਤੇ ਹੁਣ ਥੋੜ੍ਹਾ ਜਿਹਾ ਉਹਨੂੰ ਮੋਡੀਫਾਈ ਕਰਾਇਆ ਆਪਾਂ ਚੀਜ਼ ਨੂੰ ਉਹ ਚੀਜ਼ ਦਾ ਮੈਂ ਨਾਂ ਨਹੀਂ ਦੱਸਣਾ ਤੁਹਾਨੂੰ ਆਪ ਹੀ ਪਤਾ ਲੱਗੂਗਾ ਪਰ ਜੇ ਤੁਹਾਨੂੰ ਪਤਾ ਲੱਗ ਗਿਆ ਤਾਂ ਕਮੈਂਟ ਕਰ ਦਿਓ ਬਾਈ ਪਰ ਜੇ ਨਹੀਂ ਪਤਾ ਲੱਗਾ ਤਾਂ ਫਿਰ ਦੇਖੀ ਚੱਲੋ ਬਾਈ ਕੀ ਬਣਦਾ ਅਤੇ ਆਹ ਚੈੱਕ ਕਰੋ ਬਾਈ ਪਬਜੀ ਇਹਨਾਂ ਨੇ ਨਾ ਮੈਂ ਪਬਜੀ ਕਹਿਣ ਲੱਗਿਆ ਸੀ GTA ਵਾਲਿਆਂ ਨੇ ਨਵਾਂ ਹੀ ਵੈਦਰ ਪਾਇਆ ਬਾਈ ਆਹ ਚੈੱਕ ਕਰੋ ਤੁਸੀਂ ਪੂਰਾ ਤੁਹਾਨੂੰ ਮਦਰ ਫਲਾਵਰ ਸ਼ਾਬਾਸ਼ ਕੁਛ ਨਹੀਂ ਹੋਇਆ ਕਿਸੇ ਨੇ ਕੁਛ ਨਹੀਂ ਦੇਖਿਆ ਬਾਈ ਸਹੀ ਆ ਅਤੇ ਲਓ ਵੀ ਮੁੰਡੇ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਬਿਲਡਿੰਗਾਂ ਆਪਣਿਆਂ ਨੂੰ ਧੁੰਦਲੀਆਂ ਜਿਹੀਆਂ ਦਿਖਣ ਲੱਗ ਗਈਆਂ ਪਰ ਗੱਲ ਇਹ ਆ ਅੱਜ ਹੈਗਾ ਸੰਡੇ ਬਾਈ ਸਾਰੇ ਸੁੱਤੇ ਪਏ ਅਸੀਂ ਸਵੇਰੇ ਸਵੇਰੇ ਹੀ ਮੈਂ ਅਤੇ ਬੈਨੀ ਆ ਗਏ ਹਾਂ ਆਪਣਾ ਕੰਮ ਕਰਵਾਉਣ ਬਾਈ ਸ਼ਹਿਰ 'ਚ ਵਿੱਚ ਕੋਈ ਆਵਾਜਾਈ ਜੀ ਨਹੀਂ ਦਿਖਦੀ ਯਾਰ ਪਰ ਵਧੀਆ ਗੱਲ ਟ੍ਰੈਫਿਕ ਜਿਹਾ ਹੈ ਨਾ ਦਿਖਦਾ ਹੀ ਨਹੀਂ ਪਿਆ ਬਾਈ ਚਲੋ ਕੋਈ ਨਾ ਪਰ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਅਸੀਂ ਮੁੜਨਾ ਕਿੱਧਰ ਦੀ ਆ ਤੁਹਾਡੀ ਨੂੰ ਯੂ ਟਰਨ ਲੈ ਲਈਏ ਇੱਥੋਂ ਕਿਉਂਕਿ ਸਾਡਾ ਜਿਹੜਾ ਨੈਵੀਗੇਟਰ ਲਾਇਆ ਬਾਈ ਉਹ ਤਾਂ ਹੋਰ ਹੀ ਪਾਸੇ ਜਾਣ ਨੂੰ ਕਹਿੰਦਾ ਸਾਨੂੰ ਸ਼ਾਬਾਸ਼ ਚਲੋ ਦੇਖਦੇ ਹਾਂ ਫਰਾਰੀ ਵਾਲੇ ਨੇ ਵੀ ਪਹੁੰਚ ਹੀ ਜਾਣਾ ਬਾਈ ਆਪਣੇ ਬੈਨੀ ਜੱਟ ਨੇ ਵੀ ਪਹੁੰਚ ਜਾਣਾ ਪਰ ਉਸ ਤੋਂ ਪਹਿਲਾਂ ਆਪਾਂ ਪਹੁੰਚੀਏ ਯਾਰ ਆਪਾਂ ਆਪਣੀ ਗੱਡੀ ਨੂੰ ਰੰਗ ਕਰਾਉਣਾ ਯਾਰ ਇਹਨੂੰ ਅਤੇ ਮੈਨੂੰ ਕਮੈਂਟ ਕਰਕੇ ਬਾਈ ਜ਼ਰੂਰ ਦੱਸਿਓ ਕਿਹੜਾ ਰੰਗ ਕਰਾਈਏ ਕਿਹੜਾ ਰੰਗ ਕਰਾਈਏ ਇਹਨੂੰ ਗੱਡੀ ਨੂੰ ਚਿੱਟੇ ਰੰਗ ਦੀ ਕਰਾ ਲਈਏ ਫਿਰ ਆਪਾਂ ਸਕਾਰਪੀਓ ਆਪਣੀ ਅਤੇ ਥੋੜ੍ਹਾ ਜਿਹਾ ਟਾਇਰ ਜੇ ਵੀ ਚੇਂਜ ਕਰਾ ਲਾਂਗੇ ਅਤੇ ਹੈ ਨਾ ਰੈਮ ਰੂਮ ਨਵੇਂ ਪਾਉਂਦੇ ਹਾਂ ਯਾਰ ਕਿਉਂਕਿ ਕਾਫੀ ਟਾਈਮ ਹੋ ਗਿਆ ਬਾਈ ਆਹੀ ਵਿਚਾਰੀ ਦੇ ਇਹਦੇ ਪਏ ਆ ਗਏ ਚੈੱਕ ਕਰੋ ਪਰ ਇਹ ਵੀ ਘੈਂਟ ਆ ਗਏ ਵੈਸੇ ਪਰ ਆਪਾਂ ਨੋਰਮਲ ਜੇ ਪਾਉਂਦੇ ਹਾਂ ਹਰਾ ਰੰਗ ਜਿਹਾ ਵਧੀਆ ਜਿਹਾ ਨਹੀਂ ਲੱਗਦਾ ਯਾਰ ਸੋ ਇੱਥੇ ਨੋਰਮਲ ਆਪਾਂ ਆਹ ਦੇਖੋ ਬਾਈ ਅੰਡਰਗਰਾਉਂਡ ਸਰਵਿਸ ਉਹ ਜਾਂਦੀ ਉਹ ਗੱਡੀ ਪਤਾ ਨਹੀਂ ਕਿਹੜੀ ਗੱਡੀ ਨਿਕਲੀ ਇੱਥੋਂ ਬੱਲੇ ਬਾਈ ਬੱਲੇ ਨਹੀਂ ਰੀਸਾਂ ਡਿੱਪਰ ਜੇ ਕਰ ਲਈਏ ਬੰਦ ਕਿਉਂਕਿ ਆਪਾਂ ਆਪਣੀ ਲੋਕੇਸ਼ਨ 'ਤੇ ਤਾਂ ਪਹੁੰਚ ਚੁੱਕੇ ਹਾਂ ਬਾਈ ਅਤੇ ਬਾਅਦ 'ਚੋਂ ਆਪਾਂ ਜਾਣਾ ਏਜੰਸੀ ਵਿੱਚ ਅਤੇ ਇੱਥੇ ਹੀ ਬੈਨੀ ਜੱਟ ਨੇ ਆਉਣਾ ਸੀ ਬਾਈ ਕਿਉਂਕਿ ਇੱਥੇ ਆ ਰੰਗ ਬਹੁਤ ਵਧੀਆ ਕਰਦੇ ਆ ਵਾਲੇ ਬੰਦੇ ਯਾਰ ਹੁਣ ਆਪਾਂ ਅੰਦਰ ਵੜ ਕੇ ਨਾ ਰੰਗ ਕਰਾ ਲਈਏ ਪਹਿਲਾਂ ਆਪਾਂ ਆਪਣੀ ਸਕਾਰਪੀਓ ਨੂੰ ਚੈੱਕ ਕਰੋ ਬਾਈ ਕਿਹੜਾ ਰੰਗ ਕਰਾਈਏ ਯਾਰ ਇਹਨੂੰ
कौन सा रैंक कराए भाई? रिपेयर पहला सच वो कर लिए भाई, टायर चेंज करा लिए। किन्ने हत्थ लगते टायर हो, रैम केड़ा पवाइए मुंडियो माशाल्लाह। लो राइडर वाले के बजे नहीं ऑफ रोड, ऑफ रोड आले घाट लगते हो देसी जी स्कॉर्पियो टायर की, वो देखो किन्ने वधिया लगते हो डिफरेंट जा। 55,000 दे, अरे भाई बस मैं ना आले पवा के ना एक गड्डी हूँ आप रंग चेंज कर दें भाई। किधर गए रंग नहीं करते भाई, रंग नहीं करते यार, टर्बो टूरबो सारा कुछ पवा लिया आप क्योंकि पवाई नहीं सी गड्डी च, शीशे काले मुंडियो की यार रंग ही नहीं करते। थोड़ी गड्डी देखो माफिया वाली बन गई भाई, जिदा साउथ इंडियन च नहीं होंगी गड्डी, चेक करो अपनी स्कॉर्पियो पुल तो काली घेंट लगती है। ओए यार ये तो पुल बाबे किन्नी सोहनी लगती, मजाक की गल नहीं भाई, काले काले शीशे। आ बल्ले पूरी टाइम पर पहुंचा यार फरारी वाला भी, बल्ले तो इन उतर के पुछते हैं यार, पर भाई अपनी स्कॉर्पियो देखो किन्नी घेंट लगती, सोहनी लगती है ना भाई, कमेंट करके जरूर दसो भाई। आ टायर नाल तो लुक ही चेंज हो गई भाई, बल्ले फरार थोड़ी करता काम उही भाई, उधर चेक करो बैनी जट ठोकती फरारी भाई, उन्हें करो चेक माड़ा ठोकती ना नहीं रीस, आप निकलिए इतों बैनी जट ने आप ही रंग करवाना भाई, पर साडा रंग तो किया की करी जाता यार, करी की जाता इतने यार करी की जाता भाई, चेक करो माड़ा। पर गड्डी भाई अपनी घेंट बन गई बाबे, मनो ना मनो गड्डी अपनी घेंट बन गई। ओ बैनी भाई अरे 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 भाई मैं नहीं यार, मैं नहीं चला, मैं नहीं तो नहीं पैसे पूसे दिता तेन हूँ, अपना काम तू आप ही कर भाई, सानू जान दे साड़ी जानसी बेच, मैं सोचा सी रंग रुंग करा के जावे भाई, पर भाई आ कमेंट करके जरूर दसो मेरे भरा काले रंग की जचती है कि इन चिट्टा तो टर्बो टूरबो आप पवा ली है, जो तुम आवाज सुनती है टर्बो की चेक करो सिरा ना। बल्ले 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 लो भी मुंडे हुण ज़्यादा आपां दूर नहीं, आपां बस वो जांसी विच जाना हैगा जिथे वो अपनी चीज़ मोडीफाई करती उन्होंने, तो वो तुहानूं दिखा के लिआउने आ। तो हुण जे मैं रास्ता ना भुलिया होया मैनूं लगदा वो इधर ही अपनी जांसी, पर यार सच्ची गल अज भाई शहर विच शहर की हवा की कहिंदी आ, कुछ नहीं कहिंदी यार, शहर वाले सारे सुते पए आ, पर टर्बो जी की आवाज़ भाई सिरा ही लग्या पिया भाई, इहदा जानसी कितने है यार, मैं सारा कुछ भुलिया पाया भाई, अपना ड्राइवर जट क्या गुंडा बनेगा भाई, इन्ने टाइम बाद आप इतने आए। हाँ भी मुंडे अज मैं लगता ना सरकारी छुट्टी छट्टी है कोई, ताइयों शहर में कोई रौनक रूनक नहीं दिखती ना गड्डिया दिखदी, आ सरकारी बसा तो चलदिया पार, जो सरकारी छुट्टी होंगी सरकारी बसा भी बंद होनिया सी, पर आप गल कि आप कम की करी जाने भाई, अपन कम कोई होर आप ही करी जाने, पर सच्ची गल यह है भाई मैं भुलिया पाया बाबे, मैं जानसी भुल गया यार, हुण इह च मेरा की कसूर, साडा जिला संगरूर नहीं, पर आपां मोके वाले आ भाई, भाई मैनू सच्ची जानसी नहीं याद, मैनू मैं फिरदा उहदे कोल ही आ, आ दे आ दे आया थोड़ा जिहा कुछ याद आया, थोड़ा जिहा कुछ याद आया भाई इत्थों, आ वेख्या रस्ता जिहा याद आ यार इत्थे ही किते आ भाई, पर मैं भुलिया पिया अगे देखिए जाके, ओ अगे ओके ओके अगे राइट वेरी गुड, लभ गई लभ गई लभ गई। लो ही मुड़ियो फाइनली आपू अपनी जे मैं राइट हाँ तो इतों सज्जे पास मुड़ के ही आ जानसी बई, आहो आहो बल्ले 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 सही आ, लेट्स गो गाइस। पर जेडे काम लिए आप आए हैं भाई वो काम नालों ज़्यादा वधिया, मैनू आ स्कॉर्पियो वाला काम लगी जाता बाबे, एवें तो मैं झूठ बोला, वो रही जानसी बई जिथे आप जाना गा तो इतने खड़ा होगा अपना झोटा जोड़ा आप बई उन्होंने तो मॉडिफाई कराया गा अपना, तुम दस ही दिने हम स्पलेंडर तो लग जू पता आप गड्डी लाने इतने, पर गड्डी के टायर ये पवा के ना भाई ऑफ रोड वाले सिरा ही हो गया काम, स्कॉर्पियो इतने लाने इदा ही लाने क्योंकि बाद चो ना मैं जो अपना मोटरसाइकिल होया वो भी ये ला के तुम दिखा चंकी तरह, तो लो भी मुंडे स्कॉर्पियो आप ला दें इतने, पर घेंट आ बाबे तो जिड़ी चीज़ लिए हूँ आप इतने आए हैं शहर में एजेंसी में भाई आ चेक करो तुम, पर एजेंसी वाले दी गड्डिया गुड्डिया अंदर कहाँ तो नहीं खड़िया यार चेक करिए,
ਉਹ ਦੋ ਦਰਵਾਜ਼ੇ ਵੀ ਖੁੱਲੇ ਆ ਬੱਲੇ ਯਾਰ। ਪਰ ਯਾਰ ਇੱਥੇ ਵਿਚਾਰੇ ਗਰੀਬ ਹੋਏ ਪਏ ਆ ਬਾਈ, ਇਹ ਵੀ ਮੈਨੂੰ ਲੱਗਦਾ ਜਾਨ ਸੀ। ਪਰ ਪੋਚਾ ਪੂਚਾ ਤਾਂ ਇਹਨਾਂ ਨੇ ਚੰਗਾ ਲਾਇਆ ਲੱਗਦਾ ਯਾਰ, ਕਰਨਾ ਪੈਣਾ ਯਾਰ ਇਹਨਾਂ ਨਾਲ ਵੀ ਡੀਲ ਡੂਲ ਕਰਨੀ ਪੈਣੀ ਹੈ, ਕਿਉਂਕਿ ਡਰਾਈਵਰ ਜੱਟ ਆਪਣਾ ਟਰਾਲਾ ਚਲਾਉਂਦਾ ਹੈਗਾ। ਇਹਨਾਂ ਨੂੰ ਵੀ ਲਿਆ ਕੇ ਦਿੰਦੇ ਆ ਕੋਈ ਗੱਡੀਆਂ ਗੁੱਡੀਆਂ ਬਾਈ। ਓਏ ਚੈੱਕ ਕਰੋ ਬਾਬੇ ਕਿਹਦਾ ਕਿਹਦਾ ਗੈਸ ਸਹੀ ਸੀ, ਹੁਣ ਦੇਖ ਲਓ ਤੁਸੀਂ ਆਪੇ ਮੰਨਦੇ ਆ ਬਾਈ। ਇਹ ਖੜਾ ਆਪਣਾ ਬਾਈ ਸਪਲੈਂਡਰ, ਇਹ ਚੈੱਕ ਕਰੋ ਤੁਸੀਂ, ਪੂਰਾ ਮੋਡੀਫਾਈ ਕੀਤਾ ਹੋਇਆ, ਟਾਇਰ ਟੂਰ ਇਹਦੇ ਪੂਰੇ ਬਾਹਰਲੇ ਜਿਹੜੇ ਮੋਟਰਸਾਈਕਲ ਹੁੰਦੇ ਉਹ ਉਦਾਂ ਪਵਾਲੇ ਆ, ਤੇ ਨੰਬਰ ਪਲੇਟ ਆਪਣੀ ਬਰਾਡ ਟੀਵੀ ਆ ਫੋਰਡ ਬਾਈ। ਤੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਂਦੇ ਆ, ਚੈੱਕ ਕਰਿਓ ਤੁਸੀਂ, ਪੂਰੀ ਡਿਟੇਲਿੰਗ 'ਚ ਕੰਮ ਕੀਤਾ, ਇੱਦਾਂ ਨਾ ਸਮਝੋ। ਆ ਚੈੱਕ ਕਰਿਓ, ਮੰਨਦੇ ਆ ਬਾਈ, ਲਾਈਕ ਜ਼ਰੂਰ ਕਰ ਦਿਓ ਚੋਪਰ, ਘੈਂਟ ਗੱਲਬਾਤ ਆ ਨਾ ਪੂਰੀ। ਇੱਧਰ ਵੇਖੋ ਤੁਸੀਂ ਚੈਨਾ ਚੂਣਾ ਪੂਰਾ ਵਧੀਆ, ਤੇ ਇਹਨੂੰ ਹੁਣ ਆਪਾਂ ਦੇਖੀਏ ਚਲਾ ਕੇ ਬੱਲੇ। ਤਾਂ ਕਰਕੇ ਬਾਈ ਆਪਾਂ ਨਾ ਆਪਣਾ ਜਿਹੜਾ ਸਪਲੈਂਡਰ ਸੀਗੇ ਭੇਜਿਆ ਹੋਇਆ ਸੀ ਕਿਸੇ ਪਾਸੇ, ਸੋ ਇਹ ਇਸ ਕੰਮ ਨੂੰ ਭੇਜਿਆ ਹੋਇਆ ਸੀ। ਤੁਸੀਂ ਪੁੱਛਦੇ ਸੀ ਨਾ ਬਾਈ ਆਪਣੇ ਸਪਲੈਂਡਰ ਕਿੱਧਰ ਗਿਆ, ਸੋ ਹੁਣ ਤੁਹਾਨੂੰ ਲੱਗ ਹੀ ਗਿਆ ਹੁਣ ਪਤਾ ਬਾਈ ਕਿੱਥੇ ਗਿਆ ਸੀ ਸਪਲੈਂਡਰ ਆਪਣਾ, ਤੇ ਕੀ ਕਰਦੇ ਸੀ ਆਪਾਂ ਸਪਲੈਂਡਰ ਨਾਲ। ਸਪਲੈਂਡਰ ਨੂੰ ਆਪਾਂ ਬਾਈ, ਅਰੇ ਬਾਈ 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 ਮੰਨਦੇ ਆ ਬਾਈ, ਇਹ ਵੀ ਪੂਰਾ ਕਾਲਾ ਝੋਟਾ ਹੈਗਾ ਬਾਬੇ। ਉਹ ਚੈੱਕ ਕਰੋ ਤੁਸੀਂ, ਤੁਹਾਡੀ ਨੂੰ ਨਹੀਂ ਰੀਸਾ, ਪਰ ਮੈਨੂੰ ਲੱਗਦਾ ਅੱਗੇ ਲਾਈਟ ਜੀ ਆਪਾਂ ਖਰਾਬ ਕਰਤੀ ਹੈ, ਇਹਨੂੰ ਇੱਥੇ ਲਾਉਂਦੇ ਆ ਤੇ ਹੁਣ ਦੋਵੇਂ ਕਾਲੇ ਕਾਲੇ ਝੂਟੇ ਬਾਈ ਆਪਣੇ। ਚੈੱਕ ਕਰੋ ਤੁਸੀਂ ਬੱਲੇ ਯਾਰ ਤੁਹਾਡੀ, ਪਰ ਯਾਰ ਬਾਈ ਤੁਸੀਂ ਦੱਸੋ ਤੁਹਾਡਾ ਕੀ ਕਿਹੜੀ ਚੀਜ਼ ਦੀ ਜਾਂਚਦੀ, ਪਰ ਦੋਵੇਂ ਜਾਂਚਦੇ ਪਏ ਆ। ਪਰ ਆਹ ਗੱਡੀ ਨੂੰ ਦੇਖ ਕੇ ਨਾ ਇੱਦਾਂ ਲੱਗਦਾ ਮੈਨੂੰ ਜਿੱਦਾਂ ਸਾਊਥ ਇੰਡੀਅਨ ਫਿਲਮਾਂ 'ਚ ਸ਼ੂਟਿੰਗ ਸ਼ੂਟਿੰਗ ਚੱਲਦੀ ਪਈ ਹੈ ਕੋਈ। ਤੇ ਹੁਣ ਬਾਈ ਤੁਸੀਂ ਵੀ ਸੋਚੋਗੇ ਬਰਾੜ ਸਕਾਰਪੀਓ ਇੱਥੇ ਲਾ ਕੇ ਜਾਏਂਗਾ ਯਾਰ ਤੂੰ, ਤੇ ਮੋਟਰਸਾਈਕਲ ਨੂੰ ਇੱਥੇ ਕੀ ਕਰੇਗਾ ਤੂੰ। ਹੈਗਾ ਆਪਣੇ ਕੋਲ ਇੱਕ ਆਈਡੀਆ, ਹੈਗਾ ਬਾਈ ਆਪਣੇ ਕੋਲ ਇੱਕ ਆਈਡੀਆ, ਤੁਸੀਂ ਅੱਖਾਂ ਬੰਦ ਕਰੋ ਤੇ ਮੈਂ ਚੜਾਉਣਾ ਮੋਟਰਸਾਈਕਲ ਨੂੰ ਆਪਣੀ ਗੱਡੀ ਦੇ ਉੱਤੇ, ਤੇ ਫੇਰ ਲੈ ਕੇ ਜਾਵਾਂਗੇ, ਕਿਉਂਕਿ ਸਕਾਰਪੀਓ ਆਪਾਂ ਇੱਥੇ ਨਹੀਂ ਛੱਡਣੀ ਬਾਈ, ਕਿਉਂਕਿ ਕੋਈ ਬੰਦਾ ਹੈ ਨਹੀਂ ਆਪਣੇ ਸ਼ਹਿਰ ਵਿੱਚ। 2 ਮਿੰਟ ਦਾ ਟਾਈਮ ਦਿਓ, ਕਰਦਾ ਮੈਰੋ ਲਾਓ ਵੀ ਮੁੰਡੇ। ਉਹ ਕਹਿੰਦੇ ਡਰਾਈਵਰ ਜੱਟ ਨੇ ਜੜਤਾ ਬਾਈ ਸਕਾਰਪੀਓ ਦੇ ਉੱਤੇ ਆਪਣਾ ਝੂਟਾ ਮੋਟਰਸਾਈਕਲ ਸਪਲੈਂਡਰ, ਤੇ ਹੁਣ ਜਾਂਦੇ ਆ ਬਾਈ, ਕਰਦੇ ਆ ਸਾਊਥ ਇੰਡੀਅਨ ਫਿਲਮਾਂ ਵਾਲੇ ਸੀਨ ਸੂਨ ਕੋਈ। ਚੈੱਕ ਕਰੋ ਬਾਬਿਓ, ਬਣ ਗਈ ਨਾ ਗੱਲ, ਇਹ ਚੀਜ਼ ਨੂੰ ਆਪਾਂ ਲੈਣ ਆਏ ਸੀ ਬਾਬਿਓ। ਹੁਣ ਇਹਦੇ ਨਾਲ ਨਾ ਆਪਾਂ ਕਿਸੇ ਦਿਨ ਆਪਣੀ ਸਰਕਾਰ ਨੇ ਜਿਹੜੇ ਆਪਣੇ ਪਿੰਡ ਆ ਹਨਾ ਬਾਈ ਸਰਪੰਚ ਨੇ ਨਾ ਰੇਸਾਂ ਰੂਸਾਂ ਦਾ ਜਗਾੜਮੈਂਟ ਜਿਹਾ ਕਰਾਉਣਾ ਹੈਗਾ ਆਪਣੇ ਉੱਧਰ ਪਿੰਡ ਵੱਲ, ਅਤੇ ਉੱਥੇ ਤਾਂ ਕਰਕੇ ਮੈਂ ਸਪੈਸ਼ਲ ਮੋਟਰਸਾਈਕਲ ਬਣਾਇਆ ਬਾਈ, ਕਿਉਂਕਿ ਉੱਥੇ ਜਿਹੜੀਆਂ ਰੇਸਾਂ ਰੂਸਾਂ ਲੱਗਣੀਆਂ ਨਾ ਗਾਰੇ ਗੂਰੇ ਵਿੱਚ, ਅਤੇ ਫਿਰ ਗੱਲਬਾਤ ਲਈ ਆਹ ਮੋਟਰਸਾਈਕਲ ਅੱਗੇ ਆਊਗਾ। ਗਾਰੇ ਗੂਰੇ 'ਚ ਜਿਹੜੀਆਂ ਰੇਸਾਂ ਲੱਗਣਗੀਆਂ, ਤੁਹਾਡੀ ਵਾਹ ਕਿਹਦੀ ਗੱਡੀ ਖੜੀ ਹੋ ਬਾਈ ਬਾਈ ਬਾਈ, ਚਲੋ ਛੱਡੋ। ਜਿਹੜੀਆਂ ਰੇਸਾਂ ਲੱਗਣੀਆਂ ਬਾਈ, ਉਹ ਰੇਸਾਂ ਲਈ ਆਹ ਮੋਟਰਸਾਈਕਲ ਨੇ ਅੱਗੇ ਆਉਣਾ, ਤੁਸੀਂ ਦੇਖ ਲਿਓ। ਤਾਂ ਕਰਕੇ ਨਾ ਇਹਨੂੰ ਪੂਰਾ ਵਧੀਆ ਲੰਡਾ ਪੂਰਾ ਮੋਟਰਸਾਈਕਲ ਬਣਾਇਆ ਆਪਾਂ, ਅਤੇ ਹੁਣ ਉਹਦੀਆਂ ਰੇਸਾਂ ਲਈ ਆਪਣਾ ਨੂੰ ਥੋੜ੍ਹੀ ਜਿਹੀ ਪ੍ਰੈਕਟਿਸ ਕਰਨੀ ਪੈਣੀ ਆ, ਉਹ ਤੁਹਾਨੂੰ ਲੱਗ ਜੂਗਾ ਆਉਣ ਵਾਲੇ ਐਪੀਸੋਡਾਂ ਵਿੱਚ ਪਤਾ। ਅਤੇ ਹੁਣ ਮੈਂ ਨਿਕਲਦਾ ਜਲਦੀ ਜਲਦੀ। ਅਰੇ ਬਾਈ ਬਾਈ ਸਕਾਰਪੀਓ ਸੈੱਟ, ਇਹ ਕਿਆ ਹੋ ਗਿਆ ਥਾ ਬਾਈ, ਮੁੰਡਾ ਆਪਣੀ ਸਕਾਰਪੀਓ ਨੂੰ ਦੌਰੇ ਪੈ ਗਏ ਸੀ, ਮੈਨੂੰ ਲੱਗਦਾ ਉਖਲੀਆਂ ਬਹੁਤ ਆ ਇੱਥੇ ਬਾਈ। ਆ ਚੈੱਕ ਕਰੋ ਤੁਸੀਂ, ਅਤੇ ਹੁਣ ਬਾਈ ਮੈਂ ਜਾਣਾ ਗਾ ਆਪਣੇ ਪਿੰਡ ਸਿੱਧਾ ਡਰਾਈਵਰ ਜੱਟ ਦੇ ਪਿੰਡ, ਅਤੇ ਉਮੀਦ ਕਰਦੇ ਹਾਂ ਅੱਜ ਦਾ ਤੁਹਾਨੂੰ ਆ ਜਗਾੜਮੈਂਟ। ਚੈੱਕ ਕਰੋ ਤੁਸੀਂ ਮਾੜਾ ਕੇ, ਮੰਨਦੇ ਹਾਂ ਘੈਂਟ ਆ ਨਾ ਪੂਰੀ ਗੱਲਬਾਤ। ਉੱਤਰ ਕੇ ਡਰਾਈਵਰ ਜੱਟ ਉੱਤਰ ਯਾਰ, ਘਰੇ ਤਾਂ ਆਪਾਂ ਪਹੁੰਚ ਜਾਵਾਂਗੇ, ਤੂੰ ਜਲਦੀ ਜਲਦੀ ਨਾ ਇੱਥੇ ਕੋਈ ਇੱਕ ਥੰਬਨੇਲ ਜਿਹਾ ਲੈ ਲਾ, ਅਤੇ ਚੈੱਕ ਕਰੋ ਬਾਬਿਓ ਘੈਂਟ ਆ ਨਾ ਗੱਲਬਾਤ ਪੂਰੀ, ਮੰਨੋ ਨਾ ਮੰਨੋ ਸਿਰ ਆੜਾ। ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਗਾਈਸ, ਅਤੇ ਮਿਲਦੇ ਹਾਂ ਤੁਹਾਨੂੰ ਫਿਰ ਅਗਲੇ ਐਪੀਸੋਡ ਵਿੱਚ, ਅਤੇ ਅਸੀਂ ਚੱਲੇ ਹਾਂ, ਅਤੇ ਖਿਆਲ ਰੱਖਿਓ ਸਾਰੇ ਜਣੇ, ਅਗਲੇ ਐਪੀਸੋਡ ਵਿੱਚ ਮਿਲਦੇ ਹਾਂ ਤੁਹਾਨੂੰ ਬਾਈ। ਤੁਹਾਨੂੰ ਦੱਸਦੇ ਹਾਂ ਕੀ ਕਰਨਾ, ਹਜੇ ਆਪਾਂ ਉਹ ਕੁੜੀਆਂ ਕੋਲ ਵੀ ਜਾਣਾ ਜਿਨ੍ਹਾਂ ਦੀ ਡਰਾਈਵਰ ਜੱਟ ਨੇ ਹੈਲਪ ਕੀਤੀ ਸੀ, ਜਿਨ੍ਹਾਂ ਦੀ ਜੀਪ ਫਸੀ ਸੀ, ਉਹਨਾਂ ਨੇ ਵੀ ਆਪਾਂ ਨੂੰ ਇੱਕ ਸਰਪ੍ਰਾਈਜ਼ ਦੇਣਾ ਬਾਈ, ਉਹਨਾਂ ਕੋਲ ਵੀ ਜਾਣਾ, ਪਰ ਅਗਲੇ ਐਪੀਸੋਡ ਵਿੱਚ। ਰੱਬ ਰਾਖਾ ਯਾਰ।